ਅਸਲਾਮ ਵਾਲੇਕੁਮ ਗਾਈਜ਼, ਉਮੀਦ ਕਰਦਾ ਸਭ ਭਰਾ ਠੀਕ ਹੋਣਗੇ। ਜਿੱਦਾਂ ਕਿ ਤੁਸੀਂ ਸਾਡਾ ਚੈਨਲ ਦੇਖਦੇ ਪਏ ਹੋ ਵਸਤਾ ਰਹੇ ਪੰਜਾਬ, ਇਹ ਪੋਟਰ ਗੱਡੀ ਫੋਰ ਸੇਲ ਹੈ ਅਤੇ ਇਹ ਗੱਡੀ ਐਡਵੋਕੇਟ ਢਿੱਲੋ ਦੀ। ਇਹ ਉਹ ਚੀਜ਼ ਹੈ ਜਿਹੜਾ ਮਿੱਟੀ ਪਲਟ ਕੇ ਸਾਈਡ 'ਤੇ ਕਰਦਾ ਹੈ, ਜ਼ਮੀਨ ਦੀ ਜਿਹੜੀ ਮਿੱਟੀ ਦੀ ਤਹਿ ਨਾ ਬਦਲਣ ਵਾਸਤੇ, ਇਸ ਵਾਸਤੇ ਇਸਤੇਮਾਲ ਕੀਤਾ। ਮੁਕੰਮਲ ਤੁਹਾਨੂੰ ਜਿਹੜੇ ਸੰਦ ਨੇ ਉਹ ਮੁਕੰਮਲ ਤੁਹਾਨੂੰ ਚੈੱਕ ਕਰਵਾਉਂਦੇ ਕਿ ਸਾਡੇ ਕੋਲ ਕਿਹੜੇ ਕਿਹੜੇ ਨੇ। ਇਹ ਡਿਸਕਾ ਆ ਗਈਆਂ 2, 4, 6, 8, 9, 18 ਤਵੇ। ਇਹ ਵਾਲਾ ਇਹ ਜੀ ਆਲੂ ਦੀਆਂ ਵੱਲਾਂ ਪੱਟਣ ਵਾਲਾ, ਠੀਕ ਹੈ। ਨਾਲ ਮਸ਼ੀਨ ਆ ਗਈ ਆਲੂ ਪੱਟਣ ਵਾਲੀ। ਇਹ ਰੋਟਾਵੈਟਰ ਆ ਗਿਆ। ਇਹ ਰੋਟਾਵੈਟਰ ਸਤਾਦ ਕਿੰਨੇ ਫਾਲੇ ਹੋਣਾ? ਕਿੰਨਾ? 66 ਫਾਲਾ ਰੋਟਾਵੈਟਰ ਹੈ। ਇਹ ਬੰਨੇ ਪਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ। ਇਹ ਖਾਦ ਘੇਰਨ ਵਾਸਤੇ ਡਰਿੱਲ ਮਸ਼ੀਨ ਹੈ, ਠੀਕ ਹੈ। ਇਹਦੇ ਜ਼ਰੀਏ ਖਾਦ ਘੇਰੀ ਜਾਂਦੀ ਹੈ। ਅੱਗੇ ਇਹ ਬੰਨੇ, ਇਹ ਬੰਨੇ ਵਿੱਚੋਂ ਸੈਂਟਰ ਤੋਂ ਕੱਢਦਾ ਹੈ ਖਾਲਾ, ਮਤਲਬ ਬਣਾਉਣ ਲਈ। ਇਹ ਸਾਧ ਕੀ ਹੈ? ਇਹ ਵੀ ਵੱਲਾ ਪੱਟਣ ਵਾਲੀ ਮਸ਼ੀਨ ਹੈ। ਉਹ ਪਿੱਛੇ ਆ ਗਿਆ ਜੀ ਆਲੂ ਪੱਟਣ ਵਾਲੀ, ਠੀਕ ਹੈ। ਕਮਾਦ ਵਾਲੀ, ਉਹ ਕਮਾਦ ਕੀ ਕਰਦੀ ਹੈ? ਗੋਡੀ ਕਰਦੀ। ਅੱਛਾ, ਉਹ ਕਮਾਦ ਦੀ ਗੋਡੀ ਕਰਨ ਵਾਲੀ ਮਸ਼ੀਨ ਹੈ, ਠੀਕ ਹੈ। ਇਹ ਟੈਂਕੀ ਆ ਗਈ ਜੀ ਪਾਣੀ ਦੇ ਵਾਸਤੇ। ਇਹ 260 ਟਰੈਕਟਰ ਨੰਬਰ ਟਰਾਲੀ 'ਤੇ ਚੱਲਦਾ ਹੈ। ਇਹ ਹਾਲ ਆ ਗਏ ਜੀ। ਇਹ ਡਰਿੱਲ ਆ ਗਈ ਦੁਬਾਰਾ ਫਿਰ। ਇਹ ਕੀ ਘੇਰਦੀ ਹੈ? ਮੱਕੀ। ਇਹ ਵੀ ਮੱਕੀ ਘੇਰਨ ਵਾਲੀ ਹੈ। ਇਹ ਨਾਲ ਆਲੂ ਘੇਰਨ ਵਾਲੀ ਹੈ। K3 ਫਾਰਮ, ਠੀਕ ਹੈ ਜੀ। ਇਹ ਵੀ ਆਲੂ ਘੇਰਨ ਵਾਲੀ ਹੈ। ਇਹ ਸਟੱਪਣੀਆਂ ਰੱਖੀਆਂ ਨਵੀਆਂ ਪੁਰਾਣੀਆਂ। ਆਹ 385 ਟਰੈਕਟਰ ਹੈ, ਠੀਕ ਹੈ। ਅੱਗੇ ਵੇੜ ਲੱਗਾ ਆ। ਇਹ 385 ਹੈ, 4x4 ਹੈ, 2024 ਮਾਡਲ। ਇਹ ਫਿਰ 66 ਫਾਲਾ ਰੋਟਾਵੈਟਰ ਆ ਗਿਆ। ਇਹ ਬੋਮਾਂ ਪਈਆਂ ਜੀ ਡਬਲ। ਇਹ 385 ਹੈ, 2009 ਮਾਡਲ, ਪਰਕਨ ਇੰਜਨ 'ਚ। ਅਤੇ ਅੱਗੇ ਇਹਦੇ ਫਰੰਟ 'ਤੇ ਵੀ ਕਰਾਹ ਲੱਗਾ ਅਤੇ ਪਿੱਛੇ ਚੀਜ਼ਰ ਪਾਏ ਹੋਏ ਨੇ, ਠੀਕ ਹੈ। ਇਹ ਡਰਿੱਲ ਫਿਰ ਆ ਗਈ ਮੱਕੀ ਘੇਰਨ ਵਾਲੀ। ਅਤੇ ਇਹ ਵੀ ਮੱਕੀ ਘੇਰਨ ਵਾਲੀ ਹੈ। ਇਹਦੀ ਪਰਫੋਰਮੈਂਸ ਤੁਹਾਨੂੰ ਪਹਿਲੇ ਚੈਨਲ 'ਚ ਦਿਖਾ ਚੁੱਕੇ ਹਾਂ। ਉਹ ਲੇਜ਼ਰ ਕਰਾਹ ਜੇ, ਉਹ 385 ਟਰੈਕਟਰ ਹੈ। ਅਤੇ ਸਪੇਅਰ ਟਰਾਂਸਫਾਰਮ ਵੀ ਰੱਖੇ ਹੋਏ ਨੇ ਜਿਹੜੇ ਟਰਪੈਨਾਂ ਲੱਗਿਆ ਹੋਇਆ, ਠੀਕ ਹੈ। ਇਹ ਸਾਡੇ ਇੱਥੋਂ ਦੇ ਮੁੰਸ਼ੀ ਨੇ, ਠੀਕ ਹੈ। ਇਹ ਤੁਹਾਨੂੰ ਚੈੱਕ ਕਰਵਾਉਂਦੇ ਹਾਂ ਮੁੰਸ਼ੀ। ਇਹ ਫੋਰਮੈਨ ਨੇ ਭਾਈ ਸਾਡੇ, ਠੀਕ ਹੈ। ਅਤੇ ਇਹ ਜ਼ਿੰਮੇਦਾਰ ਦਾ ਸਾਰਾ ਮੁਕੰਮਲ ਜਿਹੜਾ ਇਹ ਸਾਂਭਦੇ ਨੇ, ਮੈਨੇਜਮੈਂਟ ਕਰਦੇ ਨੇ। ਉੱਧਰ ਉਹ ਕਹਿ ਰਿਹਾ ਵੀ ਡਿਸਕਾਂ ਪਈ ਆ, ਉੱਧਰ ਵੀ ਹਾਲ ਵੀ ਪਏ ਨੇ। ਅਤੇ ਉਹ ਟਰੈਕਟਰ ਹੈ, ਅਤੇ ਇਹ ਜਿਹੜਾ ਮੁਕੰਮਲ ਫਾਰਮ ਹੈ, ਠੀਕ ਹੈ। ਠੀਕ ਹੈ ਤਾਂ ਗਾਇਜ਼, ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਲਾਜ਼ਮੀ ਕਰਿਆ ਜੀ। ਇਨਸ਼ਾਅੱਲਾ ਨਈ ਨਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ।